ਬੀਤੀ ਲੰਬੀ ਤੋਂ ਕਾਂਗਰਸ ਉਮੀਦਵਾਰ ਜਗਪਾਲ ਸਿੰਘ ਅਬਲੁਖਰਣਾ ਮੀਚੋਂ ਪ੍ਰਚਾਰ ਦੇ ਵਿੱਚ ਪੂਰੀ ਵਾਹ ਲਗਾ ਰਹੇ ਨੇ ਤੇ ਪਿੰਡ ਪਿੰਡ ਜਾ ਕੇ ਪ੍ਰਚਾਰ ਕਰ ਰਹੇ ਨੇ ਅਬਲੁਖਰਣਾ ਨੇ ਦਾਅਵਾ ਕੀਤਾ ਕਿ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਣ ਦੇ ਨਾਲ ਕਾਂਗਰਸ ਪੰਜਾਬ ਦੇ ਵਿੱਚ ਹੋਰ ਵੀ ਮਜ਼ਬੂਤ ਹੋ ਗਈ ਹੈ ਅਬਲੁਖਰਣਾ ਨੇ ਕਿਹਾ ਕਿ ਜੇ ਲੋਕ ਉਹਨਾਂ ਨੂੰ ਚੁਣਦੇ ਨੇ ਤਾਂ ਉਹ ਹਲਕੇ ਨੂੰ ਬਾਦਲਾਂ ਦੇ ਠੇਕੇਦਾਰੀ ਸਿਸਟਮ ਤੋਂ ਮੁਕਤ ਕਰਾਉਣਗੇ ਵਾਹਿਗੁਰੂ ਸਿੰਘ ਚੰਨੀ ਨੂੰ ਨੌਂਸ ਕਰਨ ਤੋਂ ਬਾਅਦ ਆਮ ਲੋਕ ਜਿਹੜੇ ਗਰੀਬ ਵਰਗ ਨੇ ਦੂਸਰੇ ਵਰਗ ਨੇ ਉਹਨਾਂ ਨੂੰ ਪਹਿਲੀ ਵਾਰੀ ਲੱਗਿਆ ਕਾਂਗਰਸ ਪਾਰਟੀ ਨੇ ਇੱਕ ਆਜ਼ਾਦੀ ਤੋਂ ਬਾਅਦ ਜਿਹੜਾ ਇਹ ਫੈਸਲਾ ਇੱਕਲਾ ਪੰਜਾਬ 'ਚ ਨਹੀਂ ਰੁਕਣਾ ਔਰ ਲੋਕਾਂ ਨੇ ਐਨਾ ਉਤਸ਼ਾਹ ਦਿਖਾਇਆ ਕਿ ਲੋਕਾਂ ਨੇ ਆਪ ਲੈ ਕੇ ਲੱਡੂ ਵੰਡੇ ਨੇ ਪਿੰਡਾਂ ਦੇ ਵਿੱਚ ਔਰ ਇਹਦਾ ਕਾਰਨ ਮੈਂ ਸਮਝਦਾ ਕਿ ਇਹ ਇੱਕ ਯੁੱਗ ਪਲਟ ਰਿਹਾ ਹੈ ਇਹ ਯੁੱਗ ਉਹ ਪਲਟ ਰਿਹਾ ਕਿ ਅੱਜ ਇੱਥੇ ਨੇ ਔਰ ਕੱਲ ਨੂੰ ਦੂਜੇ ਦੇਸ਼ ਦੇ ਵਿੱਚ ਸੀਐਮ ਜਿਹੜੇ ਬਣ ਗਏ ਔਰ ਇਹ ਟਰੈਂਡ ਬਣੂਗਾ ਔਰ ਜਿਹੜੇ ਕਮੀਆਂ ਪੇਸ਼ੀਆਂ ਰਹਿੰਦੀਆਂ ਸੀ ਸਮਾਜ ਦੇ ਵਿੱਚ ਉਹ ਕਮੀਆਂ ਪੇਸ਼ੀਆਂ ਦੂਰ ਹੋਣਗੀਆਂ ਔਰ ਇਹਨਾਂ ਦੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਪੰਜਾਬ ਦੀ ਵਾਕਡੋਰ ਸੰਭਾਲ ਕੇ ਉਹਨਾਂ ਨੇ ਆਪ ਦਾ ਟ੍ਰੇਲਰ ਦਿਖਾਤਾ ਲੋਕਾਂ ਨੂੰ ਔਰ ਲੋਕ ਹੁਣ ਪਿਕਚਰ ਦੇਖਣਾ ਚਾਹੁੰਦੇ ਆ ਔਰ ਉਹ ਜਿਹੜੀ ਪਿਕਚਰ ਹੈ 5 ਸਾਲ ਬਾਅਦ से ਚਲਣੀ ਹੈ ਔਰ ਕਾਂਗਰਸ ਪਾਰਟੀ ਨੇ ਆਉਣਾ ਔਰ ਚਰਨਜੀਤ ਸਿੰਘ ਚੰਨੀ ਨੇ ਬਣ ਕੇ ਉਹਦੇ ਵਿੱਚ ਜਿਹੜਾ ਰੋਲ ਅਦਾ ਕਰਨਾ ਹੈ ਲੋਕਾਂ ਨੂੰ ਬੜੀਆਂ ਉਸ ਤੋਂ ਉਮੀਦਾਂ ਨੇ ਔਰ ਦੇਸ਼ ਦੇ ਵਿੱਚ ਇਹ ਇੱਕ ਪਰਿਵਰਤਨ ਆਉਣ ਲੱਗਿਆ ਫਿਰ ਨਾਲੇ ਸਿਰੋਕਰੇ ਛੋਟੀ ਜੀ ਬ੍ਰੇਕ ਲਈ ਜਲਦ ਹਾਜ਼ਰ ਹੋਣੇ ਇਸ ਬ੍ਰੇਕ ਤੋਂ ਬਾਅਦ